ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਹਰ ਰੋਜ਼ ਮੈਂ ਕੋਸ਼ਿਸ਼ ਕਰਦਾ ਜਨਾਬ ਵੀਰਾਂ ਵਾਸਤੇ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਅੱਜ ਫਿਰ ਦੋਸਤਾਂ ਵਾਸਤੇ ਜਨਾਬ ਇੱਕ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਦੀ ਤਸੱਲੀ ਕਰਾਈਏ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੀ ਹਰ ਨਈ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ ਵੀਰਾਂ ਦੋਸਤਾਂ ਤੱਕ ਪਹੁੰਚੇ। ਜਨਾਬ ਕੁਛ ਦਿਨ ਪਹਿਲੇ ਵੀ ਇੱਕ ਚਾਰ ਟਾਈਮ ਚੁਆਈ ਕਰਨ ਵਾਲਾ ਜਾਨਵਰ ਲਾਇਆ ਸੀ, ਅੱਜ ਫਿਰ ਅੱਲਾ ਦੇ ਫਜ਼ਲ ਨਾਲ ਚਾਰ ਟਾਈਮ ਚੁਆਈ ਕਰਨ ਵਾਲਾ ਜਾਨਵਰ ਦੀ ਵੀਡੀਓ ਲੈ ਕੇ ਆਏ ਹਾਂ। ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਵੇਖਣਾ ਹੈ। ਵਿੱਚੋਂ ਚੁਆਈ ਕਰਾਵਾਂਗੇ ਜਨਾਬ। ਇਹ ਉਹ ਗਾਵਾਂ ਨੇ ਜਨਾਬ ਜਿਹੜੀਆਂ ਚਾਰ ਚਾਰ ਟਾਈਮ ਚੁਆਈ ਹੁੰਦੀ ਜਿਹਨਾਂ ਦੀ, ਅਤੇ ਅੱਲਾ ਦੇ ਫਜ਼ਲ ਨਾਲ ਮਨ ਤੋਂ ਕਰਨ ਵਾਲੀਆਂ ਲਾਈਵ ਚੁਆਈ ਵਿਖਾਵਾਂਗੇ ਵੀਰਾਂ ਦੋਸਤਾਂ ਨੂੰ। ਬਗੈਰ ਦੱਸੇ ਤੋਂ ਭਾਈ ਸਾਹਿਬ ਕੋਲ ਪਹੁੰਚੇ ਹੈ। ਸਾਡਾ ਸੈਂਸ ਵੀ ਕਿ ਵਪਾਰੀ ਕਈ ਡੱਕਾ ਲਾ ਲੈਂਦੇ ਨੇ, ਅਸੀਂ ਭਾਈ ਸਾਹਿਬ ਨੂੰ ਕੋਈ ਨਹੀਂ ਦੱਸਿਆ, ਬਗੈਰ ਸਲਾਹ ਦਿੱਤੇ ਪਹੁੰਚੇ ਜਨਾਬ ਅਤੇ ਚੁਆਈ ਕਰਾਉਣ ਲੱਗੇ ਹੈ। ਸਭ ਤੋਂ ਪਹਿਲਾਂ ਤੁਹਾਨੂੰ ਜਾਨਵਰ ਦਾ ਹੀ ਫਿਜ਼ੀਕਲੀ ਫਿਟਨੈਸ ਅਤੇ ਜਨਾਬ ਹਾਈਟ ਚੈੱਕ ਕਰਵਾਉਣੇ ਹੈ। ਤੁਰਨ ਫਿਰਨ ਵੀ ਜਨਾਬ ਵੀਰਾਂ ਨੂੰ ਦੋਸਤਾਂ ਚੈੱਕ ਕਰਾਵਾਂਗੇ। ਓਰੀਜਨਲ ਹਾਈਟ ਜਿਹੜੀ ਜਾਨਵਰ ਦੀ ਵੀਰਾਂ ਦੋਸਤਾਂ ਦੇ ਸਾਹਮਣੇ ਹੈ, ਬੰਦੇ ਤੋਂ ਉੱਚੀ ਹਾਈਟ ਵਾਲਾ ਜਾਨਵਰ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ। ਖੱਬਿਆਂ ਦੇ ਹਵਾ ਨੇ, ਗੱਲਾਂ ਬਾਤਾਂ ਨਾਲ ਨਹੀਂ, ਕੈਮਰੇ ਦੀ ਨਜ਼ਰ ਦੇ ਸਾਹਮਣੇ ਫੈਸਲਾ ਮੇਰੇ ਵੀਰਾਂ ਦੋਸਤਾਂ ਨੇ ਆਪ ਕਰਨਾ ਹੈ। ਅਤੇ ਜਨਾਬ ਵਾਕਈ ਥੱਬਿਆਂ ਦਾ ਹਵਾਨਾ ਹੈ, ਮਸ਼ਕ ਜਿੱਦਾਂ ਹਵਾਨਾ, ਬੈਠ ਜਿਹੜੀ ਲੈ ਕੇ ਖੜੀ ਹੋਈ ਹੈ, ਅਤੇ ਜਨਾਬ ਦੋ ਦੋ ਫਿੱਟ ਜਿਹੜੀ ਲੱਤਾਂ ਚੌੜੀਆਂ ਕਰਕੇ ਬੈਠ ਤੁਰਦੀ ਹੈ। ਕੈਮਰੇ ਤੋਂ ਬੈਠ ਜਨਾਬ ਥੋੜ੍ਹਾ ਜਿਹਾ ਡਰਦੀ ਪਈ ਹੈ, ਮਸ਼ਕ ਜਿੱਦਾਂ ਹਵਾਨਾ, ਕੈਮਰੇ ਦੀ ਅੱਖ ਕਿ ਵਾਕਈ ਜਨਾਬ ਮਸ਼ਕ ਜਿੱਦਾਂ ਹਵਾਨਾ ਅਤੇ ਚਾਰ ਟਨ ਚੁਆਈ ਕਰਨ ਵਾਲਾ ਜਾਨਵਰ ਹੈ। ਲਾਈਵ ਚੁਆਈ ਹੋਵੇਗੀ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ, ਕੋਈ ਚੀਜ਼ ਵੀ ਤੁਹਾਡੇ ਤੋਂ ਪੁੱਝਣ ਨਹੀਂ ਹੋਵੇਗੀ। ਮੇਰੇ ਕੈਮਰੇ ਦੀ ਅੱਖ ਬੋਲ ਬੋਲ ਕੇ ਦੱਸਦੀ ਹੈ ਕਿ ਜਨਾਬ ਵਾਕਈ ਮਸ਼ਕ ਜਿੱਦਾਂ ਹਵਾਨਾ ਹੈ, ਗੱਲੀ ਬਾਤੀ ਨਹੀਂ, ਕਹਿਣ ਦੀਆਂ ਗੱਲਾਂ ਨਹੀਂ। ਅਤੇ ਜਨਾਬ ਇਨਸ਼ਾਅੱਲਾ ਕੰਮ ਕਰਕੇ ਫਾਇਦਾ ਵੀਰਾਂ ਦੋਸਤਾਂ ਨੂੰ, ਮੁੱਠ ਭਰ ਥਣ, ਕਾਲਾ ਥਣ ਪਾਉਣ ਵਾਲਾ ਅਤੇ ਮਰਲੇ ਮਰਲੇ ਦੀ ਵੀਰਾਂ ਜਨਾਬ ਨਸਲ ਦਾ ਜਾਨਵਰ ਦੀ ਪੂਰੀ ਹੈ ਜਨਾਬ, ਕਿਸੇ ਚੀਜ਼ ਦੀ ਕਮੀ ਕੁਤਾਈ ਨਹੀਂ ਜਾਨਵਰ 'ਚ, 16 ਆਨੇ ਜਾਨਵਰ। ਇਨਸ਼ਾਅੱਲਾ ਤੁਹਾਡਾ ਵੀਰ ਹਮੇਸ਼ਾ ਮੇਰਾ ਸਾਹੀਵਾਲ ਟੀਵੀ 'ਤੇ ਲੈ ਕੇ ਹਾਜ਼ਰ ਹੋਇਆ, ਅਤੇ ਜਿਹੜਾ ਜਨਾਬ ਹਮੇਸ਼ਾ ਜਿਹੜੀ ਵਿਰਕ ਡੇਰੀ ਫਾਰਮ ਦੀ ਮਿਆਰ ਰਿਹਾ ਜਨਾਬ, ਦੁੱਧ ਵਾਲੇ ਜਾਨਵਰ ਦਾ ਜੋ ਆਵਾਜ਼ ਦੇਣਗੇ ਉਸ ਤੋਂ 2 ਕਿਲੋ ਦੁੱਧ ਵੱਧ ਹੀ ਹੁੰਦਾ ਹੈ, ਘੱਟ ਨਹੀਂ। ਇਨਸ਼ਾਅੱਲਾ ਹਰ ਰੋਜ਼ ਤਰ੍ਹਾਂ ਅੱਜ ਫਿਰ ਤੁਹਾਨੂੰ ਵਿਚਰ ਦੇ ਕਰਾਂ। ਬੱਚਾ ਛੱਡੋ ਪਿੱਛੇ ਦੇ ਬੱਚੀ ਸਾਹਿਬ, ਪਿੱਛੇ ਦੇ ਬੱਚੀ ਦੇ ਵਿੱਚ ਚੁਆਈ ਕਰਾਉਣ ਲੱਗੇ ਸ਼ਿਵ ਜਨਾਬ ਜੀ ਨਾਲ ਮੋਨੀ। ਪਿੱਛੇ ਦੇ ਜਨਾਬ ਮੱਛੀ ਜੇ ਵੀਰਾਂ ਦੋਸਤਾਂ ਨੂੰ ਵਿਖਾ ਦਿੰਦੇ ਜਨਾਬ, ਮੱਛੀ ਵੀ ਰਹਿ ਜਨਾਬ ਕੈਮਰੇ ਤੋਂ ਥੋੜ੍ਹੀ ਜਿਹੀ ਡਰਦੀ ਪਈ ਹੈ, ਬੰਦੇ ਜ਼ਿਆਦਾ ਖੜੇ ਨੇ ਤਾਂ ਡਰਦੀ ਪਈ ਹੈ। ਚੁਆਈ ਵਿੱਚੇ ਕਰਾਵਾਂਗੇ ਜਨਾਬ, ਜਿਹੜਾ ਤੁਹਾਨੂੰ ਸਾਹਮਣੇ ਆ ਰਿਹਾ ਐਸੇ ਹੱਥ ਦੇ ਦੇਵਾਂਗੇ, ਇੱਥੇ ਬਹਿ ਜਾ ਕੋਈ ਗੱਲ ਨਹੀਂ। ਟਾਈਮ ਬੜਾ ਥੋੜਾ, ਜਲਦੀ ਕਰੋ। ਬਾਲਟੀ ਨਾ
ਬਟਰ ਖਾ ਲੈਣਾ। ਠੀਕ ਠੀਕ ਓਕੇ ਓਕੇ ਦੇਖ ਰਿਹਾ ਠੀਕ ਹੈ ਸਮਾਂ ਜਾ ਬਰਤਨ ਚੇਂਜ ਕਰੋ ਜੀ ਲੈ ਮੈਂ ਜੀ ਬਣਾਵਾਂ ਦਾ ਪਿਆਰਾ ਉੱਥੇ ਰੱਖੋ ਜੀ ਸਹੀ ਉੱਥੇ ਠੀਕ ਰੱਖ ਦੇ ਦੂਸਰੀ ਬਾਲਟੀ ਦਵਾਈ ਸ਼ੁਰੂ ਜਨਾਬ ਪਿਆਰਾ ਦਾ ਪਿਆਰਾ ਉੱਥੇ 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 ਰੱਖ ਬਰਤਨ ਚੇਂਜ ਮਾਸ਼ਾਅੱਲਾ ਜਨਾਬ ਦੋ ਬਾਲਟੀਆਂ
ਬਾਲਟੀ ਹੈ ਕੀ ਕੋਈ ਹੋਰ ਬਾਲਟੀ ਬਰਤਨ ਹੈ ਇੰਜੇ ਪਰ ਸਾਰੇ ਕਰ ਲਈਏ ਤਿੰਨ ਬਾਲਟੀਆਂ ਜਨਾਬ ਮਾਸ਼ਾਅੱਲਾ ਇੰਜੇ ਪਰ ਲਈ ਸਾਰੇ ਜਵਾਈ ਜਨਾਬ ਮੁਕੰਮਲ ਹੋ ਗਈ ਵੱਛੀ ਜੋਗਾ ਦੁੱਧ ਛੱਡਿਆ ਠੀਕ ਬੱਚਾ ਛੱਡ ਬ੍ਰੇਕ ਲਾਈ ਸੀ ਬਿਲਕੁਲ ਲੰਮੀ ਹੋ ਜਾਂਦੀ ਇਸ ਵਜ੍ਹਾ ਤੋਂ ਚਲੋ ਕੋਈ ਡੱਬੇ ਦਾ ਕਰ ਠੀਕ ਹੋ ਗਿਆ ਤਾਂ ਤਕਰੀਬਨ ਇਹ ਚੱਲਦਾ ਵੀ ਠੰਡਾ ਹੋ ਗਿਆ ਬਿਲਕੁਲ ਇਸ ਤੋਂ ਬਾਅਦ ਮੈਂ ਨਵਾ ਦੇ ਤੀਨ ਲਾ ਤਿੰਨ ਅੱਛਾ ਕੈਸੇ ਪਾਰਟ ਬਾਰਾਂ
ਸਤਾਰਾਂ ਆ ਤੁਸੀਂ ਝੱਗ ਝੁੱਗ ਕੱਢ ਦਿਓ ਬਿਲਕੁਲ 6 ਵਜੇ ਤੋਂ ਹੁਣ ਕੁਛ ਮਿੰਟ ਹੋਇਆ ਕਿ ਜਿਵੇਂ 6 ਤੋਂ 6 6 ਤੋਂ 6 ਚਾਹੀਏ ਹੁੰਦੀ ਆਪ ਨੂੰ ਅਸੀਂ ਜਨਾਬ ਅੱਜ ਦੋ ਟਾਈਮ ਟਰਾਈ ਕਰਦੇ ਆ ਅੱਜ ਤਿੰਨ ਟਾਈਮ ਟਰਾਈ ਕਰੀਏ ਫਿਰ ਆਪਣਾ ਕਾਰੋਬਾਰ ਆਪਾਂ ਵੇਚਣੀ ਹੁੰਦੀ ਸਹੀ ਹੋ ਗਿਆ ਤੇ ਗਾਂ ਦੂਧ ਇਨਸ਼ਾਅੱਲਾ 40 ਲੀਟਰ ਤੋਂ ਪਲੱਸ ਕਰੇਗੀ ਬਾਕੀ ਆਪਾਂ ਇਸ ਗੱਲ ਦੀ ਗਰੰਟੀ ਦੇਵਾਂਗੇ ਗਾਂ ਦੂਧ ਜੈਨੂਇਨ ਦੁੱਧ ਜਿਹੜਾ 35 ਸ਼ੇਰ ਹੈ ਕੋਈ ਬੰਦਾ ਵੀ ਆਪਣੇ ਕੋਲ ਆਣ ਕੇ ਰਾਤ ਰਵੇ ਆਪਦੀ ਤਸੱਲੀ ਕਰਕੇ ਜਾ ਸਕਦਾ 35 ਲੀਟਰ ਦੁੱਧ ਦੀ ਆਵਾਜ਼ ਹਾਂਜੀ 32 ਦੀ ਵੀ ਨਹੀਂ 33 ਨਹੀਂ 35 ਲੀਟਰ 35 ਹੈ ਤੁਸੀਂ 2 ਲੀਟਰ ਹੋਰ ਡਾ ਦਿਓ 33 ਲੀਟਰ ਦੀ ਕੋਈ ਬੰਦਾ ਵੀ ਆਣ ਕੇ ਗਰੰਟੀ ਹੈ ਆਪਾਂ ਦੇਣੀ ਇਸ ਗੱਲ ਵੀ ਆ ਦਾ ਮੈਂ ਜਿਹੜਾ ਡੱਬੇ ਮਾਲ ਸਕਦਾ ਠੀਕ ਹੈ ਠੀਕ ਹੋ ਗਿਆ ਇਸੇ ਤਰ੍ਹਾਂ ਹੀ ਆਪਾਂ ਚੁਆਈ ਕਰਾ ਲਾਂਗੇ ਦੋ ਟਾਈਮ ਆਪਦਾ ਇੱਕ ਟਾਈਮ ਇੱਥੇ ਸਾਡੇ ਕੋਲ ਚੁਆਈ ਕਰੇ ਦੂਸਰੇ ਟਾਈਮ ਬਾਹਰ ਕਰ ਲਾਂਗੇ ਫਿਰ ਚੁਆਈ ਕਰ ਲਾਂਗੇ ਜ਼ਬਰਦਸਤ ਅੱਛਾ ਤੁਸੀਂ ਦੱਸ ਪਿੱਛੇ ਦੇ ਕੀ ਹੈ ਪਿੱਛੇ ਬੱਚੇ ਪਿੱਛੇ ਬੱਚੇ ਕਿੰਨੇ ਦਿਨਾਂ ਦੀ ਸੂਈ ਹੈ ਜੀ ਸੂਈ ਨੂੰ ਅੱਜ 7-8 ਦਿਨ ਦੀ ਸੂਈ ਸੂਆ ਕਿੰਨਵਾ ਹੈ ਸੂਆ ਦੂਸਰਾ ਜਨਮ ਠੀਕ ਹੈ ਮੂੰਹ ਕਿਵੇਂ ਮੂੰਹ ਪੂਰੀ ਹੈ ਭਾਈ ਕੀਮਤ ਦੱਸੋ ਕੀਮਤ ਅਸੀਂ ਮੰਗਾਂ ਨੂੰ ਲੋਕਾਂ ਤਰ੍ਹਾਂ ਮੰਗੀਏ ਤੇ ਫਿਰ ਤਾਂ ਭਾਂਗਾ ਦਾ 6.5 ਲੱਖ ਮੰਗੀਏ ਗਾਂ ਤੇਰੀ ਕਰੋੜ ਦੀ ਆਪਾਂ ਗੱਲ ਕਰਨੀ ਜਿੰਨੇ ਦਾ ਦੇਣੀ ਬਸ ਭਾਈ 5,70,000 ਰੁਪਏ ਦਾ ਫਾਇਦਾ 5,70,000 ਤੋਂ ਕੋਈ ਲਾੜ ਪਿਆਰ ਪਿਆਰ ਮੁਹੱਬਤ ਪਤਾ ਕੀ ਗੱਲ ਹੈ ਜੱਟ ਭਰਾ ਹੀ ਆਪਣੇ ਬੂਹੇ ਤੇ ਕੋਈ ਬੰਦਾ ਆ ਜਾ 5-7 ਹਜ਼ਾਰ ਦੀ ਤੇ ਵੈਸੇ ਰੋਟੀ ਖਾ ਕੇ ਖਾ ਪੀ ਜਾਈਦੀ ਹੈ ਉਹ ਤਾਂ ਆਪਣੀ ਕਿਸਮਤ ਕਿੱਥੇ ਖਾਣੀ ਬਰਾਤ ਖਾਣੀ ਹੈ ਉਹ ਗੱਲ ਨਹੀਂ ਹੈ ਬਾਕੀ ਲਾੜ ਪਿਆਰ ਦਾ ਕਰਾਂਗੇ ਕੋਈ ਬੰਦਾ ਸਫਰ ਕਰਕੇ ਆਉਂਦਾ ਜੀਤ ਲੈ 19 ਵੀ 19 21 ਨਹੀਂ 19 21 ਵਾਲੀ ਗੱਲ ਨਹੀਂ ਬਸ 19 20 ਵਾਲੀ ਹਿਸਾਬ ਆ 5-7 ਤੋਂ ਲਾੜ ਪਿਆਰ ਹੋਵੇਗਾ ਬਸ ਐਵੇਂ ਥੋੜਾ ਘਣਾ ਬਹੁਤ ਹੀ ਗੁਜਾਇਸ਼ ਨਹੀਂ ਠੀਕ ਆ ਵੀ ਆਪਾਂ ਲੋਕਾਂ ਤਰ੍ਹਾਂ ਐਵੇਂ 2-2 ਲੱਖ ਵੱਧ ਨਹੀਂ ਮੰਗਦੇ ਜਿਹਨੇ ਦਾ ਜਾਨਵਰ ਆ ਵਿਕਣਾ ਬੋਲੋ ਨਹੀਂ 5,70,000 ਰੁਪਏ ਡਿਮਾਂਡ ਕੀਤੀ ਦੁੱਧ ਦੀ ਜਨਾਬ ਆਵਾਜ਼ ਵਿਰਕ ਸਾਹਿਬ ਦੀ 35 ਲੀਟਰ ਦੀ 35 ਵੀ ਨਹੀਂ 33 ਲੀਟਰ ਦੀ ਆਵਾਜ਼ 2 ਟਾਈਮ 3 ਟਾਈਮ 4 ਦਿਨ 5 ਦਿਨ ਜਿੰਨੇ ਟਾਈਮ ਕਿਸਦਾ ਦਿਲ ਕਰੇ ਕੋਈ ਵੀ ਭਰਾ ਆਵੇ ਆਪਣੇ ਕੋਲ ਲੈ ਜਾਏਗੇ ਹਰ ਤਰ੍ਹਾਂ ਨੂੰ ਸਹੂਲਤ ਮਿਲੇਗੀ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਘਰ ਆ ਰਿਹਾ ਜੀ ਜ਼ਬਰਦਸਤ ਕੋਈ ਵੀ ਦੋਸਤ ਖਰੀਦਦਾਰ ਹੈ ਸਾਡੀ ਇਸ ਜਾਨਵਰ ਦਾ ਤੁਹਾਡਾ ਵਟਸਐਪ ਤੇ ਰਾਬਤਾ ਨੰਬਰ ਨੋਟ ਕਰ ਲਓ 0322-7287-633 ਫਿਰ ਨੋਟ ਕਰੋ 0322-7287-633 ਇਹ ਜਿਹੜਾ ਸਾਡਾ ਰਾਬਤਾ ਨੰਬਰ ਇਹ ਸਾਡਾ ਵਟਸਐਪ ਨੰਬਰ ਇਹ ਪੇਜ ਦਾ ਨਹੀਂ ਯਾਰ ਸਾਰਾ ਕੁਝ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਆ ਜਾਵਾਂਗੇ ਉਸ ਤੱਕ ਆਪਣੇ ਰਾਬਤਾ ਰੱਬ ਰੱਖਣਾ।